ਨੁੱਕਰ ਲੈਣੇ ਪਟਿਆਲਾ ਦਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੈਗਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਫੜ ਕੇ ਰੋਕ ਲੈਣੇ ਆ, ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ, ਇਹ ਕੱਲੇ ਹੀ ਲੜੀ ਜਾਂਦਾ, ਸੁਪਰੀਮ ਕੋਰਟ ਚ ਵੀ, ਗਵਰਨਰ ਨਾਲ ਵੀ, ਸੈਂਟਰ ਨਾਲ ਵੀ, ਕਾਂਗਰਸ ਨਾਲ ਵੀ, ਅਕਾਲੀਆਂ ਨਾਲ ਵੀ, ਕੱਲੇ ਹੀ ਲੜੀ ਜਾਂਦਾ। ਮੇਰੇ ਵੀਰੋ, ਮੈਂ ਤੁਹਾਡੇ ਸਿਰ ਤੇ ਲੜ ਰਿਹਾ, ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ, ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾਂ ਹੋਰ ਦੇ ਦਿਓ, ਤਾਂ ਕਿ ਅਗਲੇ 3 ਸਾਲਾਂ 'ਚ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਾ ਦੂੰਗਾ। ਮੇਰਾ ਪੱਕਾ ਤੁਹਾਡੇ ਨਾਲ ਵਾਅਦਾ ਹੈ। ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ, ਤੁਸੀਂ 2 ਵਾਰ ਕਹਿਣਾ ਕਿ 13-0, 13-0। ਇਸ ਵਾਰ ਪੰਜਾਬ ਬਣੇਗਾ ਹੀਰੋ, ਇਸ ਵਾਰ ਪੰਜਾਬ ਬਣੇਗਾ ਹੀਰੋ। ਥੋੜਾ ਜਿਹਾ ਹੋਰ ਉੱਚੀ, ਥੋੜਾ ਮਹਿਲਾਂ ਵਾਲੇ ਪਾਸੇ ਤਾਂ ਪਹੁੰਚੇ, ਉਹ ਮਹਿਲਾਂ ਦੀਆਂ ਕੰਧਾਂ ਹਿਲਾ ਦਿਓ, ਮਹਿਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ, ਇਨਕਲਾਬ ਬੋਲੇ ਸੋਨਿਹਾਲ। ਵੀਰੋ, ਅੱਜ ਰਾਤ ਨੂੰ ਗੁਜਰਾਤ ਜਾਊਂਗਾ, ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ ਏਅਰਪੋਰਟ ਜਾਊਂਗਾ, ਅਹਿਮਦਾਬਾਦ ਪਹੁੰਚੂਗਾ, ਕੱਲ ਨੂੰ ਤੁਹਾਡਾ ਸੁਨੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ, ਤੇ ਗੁਜਰਾਤ ਵਾਲਿਆਂ ਦਾ ਸੁਨੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ। ਜਿੱਥੇ ਕਹੋਗੇ ਉੱਥੇ ਜਾਵਾਂਗੇ, ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ। ਲੋਕੋ ਕੋ ਅਕਸਰ ਕਹਤੇ ਸੁਨਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਵੀਰੋ, ਹਕੂਮਤ ਵੋ ਕਰਤੇ ਹੈ, ਹਕੂਮਤ ਇਹ ਮੋਦੀ ਜੀ ਸੁਣ ਲੈਣ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਆਓ ਇਕੱਠੇ ਹੋ ਕੇ ਝਾੜੂ ਵਾਲਾ ਬਟਨ ਦਬੀਏ, ਬਸ ਤੁਹਾਨੂੰ ਅਗਲੇ ਹਫਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਝਾੜੂ ਵਾਲਾ ਬਟਨ 99 ਨੰਬਰ ਤੇ ਹੈ, ਤੇ ਝਾੜੂ ਨੇ ਸਫਾਈ ਕਰਨੀ ਹੈ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਬੀਜੇਪੀ ਦੀ ਹਨੇਰੀ ਕਿਵੇਂ ਰੋਕ ਲਈ। ਮੈਂ ਕਿਹਾ ਜੀ ਇਹ ਤਾਂ ਕੋਈ ਖਾਸ ਗੱਲ ਨਹੀਂ। ਕਹਿੰਦੇ ਕਿਵੇਂ? ਮੈਂ ਕਿਹਾ ਜੀ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਕਮਲ ਦਾ ਫੁੱਲ। ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਝਾੜੂ। ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉੱਗਦਾ ਹੁੰਦਾ ਹੈ? ਉਹ ਕਹਿੰਦੇ ਚਿੱਕੜ 'ਚ। ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ ਹੈ? ਕਹਿੰਦੇ ਚਿੱਕੜ ਦੀ ਸਫਾਈ। ਮੈਂ ਕਿਹਾ ਅਸੀਂ ਦਿੱਲੀ ਤੇ ਪੰਜਾਬ 'ਚ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ, ਕਮਲ ਉੱਗੇ ਹੀ ਨਹੀਂ। ਇਸ ਵਾਰ ਪੰਜਾਬ ਬਣੇਗਾ ਹੀਰੋ, ਇਸ ਵਾਰ ਤੁਸੀਂ ਬਣੋਗੇ ਹੀਰੋ। ਇੱਕ ਮਿੰਟ ਲਈ ਸਵਾਗਤ ਵੀ ਕਰਨਗੇ, ਧੰਨਵਾਦ ਵੀ ਕਰਨਗੇ ਡਾਕਟਰ ਬਲਬੀਰ ਜੀ, ਜਿਹੜੇ ਕਿ ਮੰਤਰੀ ਵੀ ਨੇ, ਸਿਹਤ ਮੰਤਰੀ ਨੇ ਪੰਜਾਬ ਦੇ। ਮਹੱਲਾ ਕਲੀਨਿਕ ਖੋਲ੍ਹੇ, ਆਮ ਆਦਮੀ ਕਲੀਨਿਕ ਖੋਲ੍ਹੇ ਆ, ਸਕੂਲ ਵਧੀਆ ਬਣ ਰਹੇ ਆ, ਸਭ ਰਲ ਕੇ ਟੀਮ ਵਾਂਗੂ ਕੰਮ ਕਰਾਂਗੇ ਡਾਕਟਰ ਬਲਬੀਰ ਜੀ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਪਟਿਆਲੇ ਵਾਲਿਆਂ ਨੂੰ ਇਹ ਮੌਕਾ ਦੇਣ ਦਾ ਕਿ ਅਸੀਂ 13-0 ਦਾ ਪਾਰਟ ਬਣ ਸਕੀਏ। ਮਾਨ ਸਾਹਿਬ ਤੁਹਾਡੇ ਕੰਮਾਂ ਦਾ ਜਾਦੂ, ਮੈਂ ਸਾਰੇ ਪਿੰਡਾਂ ਵਿੱਚ, 9 ਅਸੈਂਬਲੀ ਸੈਗਮੈਂਟ 'ਚ ਮੇਰੇ ਭਰਾ ਖੜ੍ਹੇ ਆ MLA ਸਰ, ਸਾਰੇ ਪਿੰਡਾਂ 'ਚ ਜਾ ਕੇ ਆਇਆ, ਲੋਕ ਬਹੁਤ ਖੁਸ਼ ਹੈ ਤੁਹਾਡੇ ਕੰਮਾਂ ਦਾ ਜਾਦੂ। ਬਿਜਲੀ ਦੇਣ ਨੂੰ ਆਉਂਦੀ ਹੈ ਔਰ ਲੋਕਾਂ ਦੇ ਬਿੱਲ ਮਾਫ਼ ਹੈ ਸਰ, ਲੋਕ ਤੁਹਾਡੇ ਕੰਮਾਂ ਦਾ ਜਾਦੂ ਹੈ ਉਹ ਸਿਰ ਚੜ੍ਹ ਕੇ ਬੋਲਦਾ। ਲੋਕ ਕਹਿੰਦੇ ਆ ਜਿੱਥੇ ਜਿੱਥੇ ਮਾਨ ਉੱਥੇ ਉੱਥੇ ਬੀਜੇਪੀ ਸਾਫ, ਪੰਜਾਬ ਤੋਂ ਲੈ ਕੇ ਗੁਜਰਾਤ ਤੱਕ। ਸਰ ਅਸੀਂ ਤੁਹਾਡੀ ਆਵਾਜ਼ ਵੀ ਬਣਾਂਗੇ, ਤੁਹਾਡੇ ਹੱਥ ਵੀ ਬਣਾਂਗੇ, ਪੰਜਾਬ ਦੇ ਰੁਕਿਆ ਹੋਇਆ ਇੱਕ ਇੱਕ ਪੈਸਾ ਲਿਆ ਕੇ ਤੁਹਾਡੀ ਝੋਲੀ 'ਚ ਪਾਵਾਂਗੇ ਸਰ। ਸਰ ਅੱਜ ਤੁਸੀਂ ਪਟਿਆਲੇ ਦਾ ਮੇਲਾ ਲੁੱਟ ਲਿਆ, ਆਹ ਜਿਹੜੇ ਤੁਹਾਡੇ ਪਮੱਖੜ ਹੈ, ਆਹ ਜਿੰਨੇ ਪਮੱਖੜ ਤੁਸੀਂ ਦੇਖ ਰਹੇ ਹੋ ਸਰ, ਇਹ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦੇ ਆ। ਮੈਂ ਸਾਰਿਆਂ ਦਾ ਧੰਨਵਾਦੀ ਹਾਂ, ਮੈਂ ਸਰ ਤੁਹਾਡਾ ਧੰਨਵਾਦ ਕਰਦਾ ਸਰ।